ਸੋ CSPA ਹੈ ਕੀ ਆ ਜੇ ਆਪਾਂ ਇਹਦੇ ਮੁੱਢ ਤੋਂ ਜਿਹੜਾ ਵਜਾਈਏ ਕੀ ਇਸ ਨੂੰ ਜਿਹੜਾ ਆਖਿਆ ਜਾਂਦਾ ਕੀ ਆ ਪੂਰੀ ਜਿਸ ਨੂੰ ਸਮਝਾਇਆ ਜਾਵੇ CSPA ਇਹ ਚਾਈਲਡ ਦੀ ਜਿਹੜੀ ਜੀ ਬੱਚੇ ਦੀ ਏਜ ਦੀ ਪ੍ਰੋਟੈਕਸ਼ਨ ਐਕਟ ਹੈ ਨੂੰ ਤੁਸੀਂ ਕਹਿ ਸਕਦੇ ਆ। ਤੇ CSPA ਜਿਹੜਾ ਸੀਗਾ ਇਹ ਅਗਸਤ 6, 2002 ਦੇ ਵਿੱਚ ਲਾਅ ਬਣਿਆ। ਉਸ ਤੋਂ ਪਹਿਲਾਂ ਇਹਨਾਂ ਦਾ ਸਿੱਧੇ ਕਾਨੂੰਨ ਸੀਗਾ ਕਿ ਜਿਹਦਾ 21 ਸਾਲ ਤੋਂ ਉੱਤੇ ਹੋ ਗਿਆ ਉਹਦੀ ਪਟੀਸ਼ਨ ਰੱਦ ਆ, ਉਹ ਨਹੀਂ ਆ ਸਕਦਾ ਅਮਰੀਕਾ ਜਾਂ ਉਹਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਤੇ ਜਿਹੜੇ ਲਾਅ ਆ ਤੁਸੀਂ ਦੇਖੋ ਕਿ 2002 ਕੋਈ ਬਾਹਲਾ ਦੂਰ ਨਹੀਂ, ਮਤਲਬ ਰੀਸੈਂਟਲੀ ਇਹ ਬਣਿਆ, ਇਮੀਗ੍ਰੇਸ਼ਨ ਤਾਂ ਦੇਖੋ ਕਦੋਂ ਦੀ ਚੱਲਦੀ ਆਉਂਦੀ ਹੈ। ਸੋ 2002 ਦੇ ਵਿੱਚ ਇਹਨਾਂ ਨੇ ਪਾਸ ਕੀਤਾ, ਕਾਫੀ ਕੈਟੇਗਰੀਜ਼ ਦੇ ਵਿੱਚ ਇਹਨਾਂ ਨੇ ਜਿਹੜਾ CSPA ਸੀਗਾ, ਇੰਪਲੋਇਮੈਂਟ ਦੇ ਵਿੱਚ, ਇਨਵੈਸਟਮੈਂਟ ਦੇ ਵਿੱਚ, ਕਾਫੀ ਕੈਟੇਗਰੀਜ਼ ਦੇ ਵਿੱਚ ਇਹਨਾਂ ਨੇ ਜਿਹੜਾ ਆਪਣਾ ਲਾਅ ਜਿਹੜਾ ਅਪਲਾਈ ਇਹਨੂੰ ਇਹ ਲਾਗੂ ਹੋਇਆ। ਤੇ ਹਰੇਕ ਜਿਹੜੀ ਕੈਟੇਗਰੀ ਉਹਦਾ ਫਾਰਮੂਲਾ ਕਿ ਏਜ ਕਿੱਦਾਂ ਕੈਲਕੂਲੇਟ ਕਰਨੀ ਉਹ ਡਿਫਰੈਂਟ ਆ। ਤੇ ਇਹਨੇ ਜਿਹੜੀ ਸੀਗੀ ਇਹ ਜਿਹੜਾ ਲਾਅ ਸੀਗਾ ਇਹਨੇ ਜਿਹੜੀ ਆਹੀ ਏਜ ਆਊਟ ਵਾਲੀ ਪ੍ਰੋਬਲਮ ਸੀਗੀ, ਏਜ ਆਊਟ ਹੁਣ ਦੱਸਦੀ ਹੈ ਜਿਹਨੂੰ ਨਹੀਂ ਸਮਝ, ਉਹ ਇਹ ਹੈ ਕਿ 21 ਸਾਲ ਤੱਕ ਜਿਹੜਾ ਬੱਚਾ ਉਹ ਡੈਰੀਵੇਟਿਵ ਕਾਊਂਟ ਹੋ ਸਕਦਾ ਜਾਂ ਜਦ ਤੱਕ ਵਿਆਹਿਆ ਨਹੀਂ, ਹਨਾ 21 ਸਾਲ ਤੋਂ ਉੱਪਰ ਜਦੋਂ ਉਮਰ ਹੋ ਜਾਂਦੀ ਆ ਤੇ ਉਹ ਡੈਰੀਵੇਟਿਵ ਨਹੀਂ ਕਾਊਂਟ ਹੁੰਦਾ ਕਈ ਪਟੀਸ਼ਨ ਦੇ ਵਿੱਚ। ਸੋ ਉਹਨੂੰ ਕਹਿੰਦੇ ਕਿ ਤੁਹਾਡੀ ਉਮਰ ਹੋ ਗਈ ਹੁਣ ਏਜ ਆਊਟ, ਤੂੰ ਏਜ ਆਊਟ ਕਰ ਗਿਆ ਕਿ 21 ਸਾਲ ਤੋਂ ਉੱਤੇ ਚਲ ਗਿਆ। ਤੇ ਏਜ ਆਊਟ ਕਰਕੇ ਜਿਹੜੇ ਕਾਫੀ ਬੱਚੇ ਸੀਗੇ ਉਹ ਆ ਨਹੀਂ ਸਕਦੇ ਸੀਗੇ ਉਰੇ, ਜਾਂ ਜਿਹੜੇ ਉਰੇ ਸੀਗੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਸੀਗਾ। ਜ਼ਿਆਦਾਤਰ ਇਹ ਤਾਂ ਹੁੰਦਾ ਸੀਗਾ ਕਿਉਂਕਿ ਆਪਾਂ ਦੇਖਿਆ ਕਿ ਕਾਫੀ ਲੈਂਥੀ ਪ੍ਰੋਸੈਸਿੰਗ ਟਾਈਮ ਆ, ਬਹੁਤ ਜ਼ਿਆਦਾ ਡਿਲੇ ਚੱਲਦੀ 10-10, 15-15 ਸਾਲ ਦੀ। ਤੇ ਕਾਫੀ ਜਵਾਕ ਜਿਹੜੇ ਸੀਗੇ ਹੁਣ ਹਨਾ ਤੁਸੀਂ 10-10ਵੇਂ ਸਾਲ ਤੇ ਜਾ ਕੇ ਕਿਸੇ ਦਾ ਫਾਈਲ ਕੀਤਾ ਉਹ ਏਜ ਆਊਟ ਹੋ ਜਾਂਦਾ ਸੀਗਾ। ਤੇ ਜਿਹੜਾ CSPA ਸੀਗਾ ਜਿਹੜਾ ਇਹ ਐਕਟ ਇਹਨਾਂ ਨੇ ਪਾਸ ਕੀਤਾ ਸੀਗਾ ਉਦੋਂ 2002 ਦੇ ਵਿੱਚ, ਇਹਨੇ ਆਹੀ ਜਿਹੜੀ ਪ੍ਰੋਬਲਮ ਸੀਗੀ ਇਹਨੂੰ ਫਿਕਸ ਕੀਤਾ, ਕੁਛ ਹੱਦ ਤੱਕ ਇਹਨੇ ਫਿਕਸ ਕੀਤਾ, ਪਰਮਾਨੈਂਟ ਤਾਂ ਫਿਕਸ ਨਹੀਂ ਹੋ ਸਕਦੀ। ਹੁਣ ਜਿਹੜਾ 30 ਸਾਲ ਹੁਣ ਜੇ ਜਵਾਕ ਦੀ ਉਮਰ ਹੋ ਜਾਵੇ ਉਹਦਾ ਕੁਛ ਨਹੀਂ ਕੋਈ ਕਰ ਸਕਦਾ। ਤੇ CSPA ਨੇ ਕੋਸ਼ਿਸ਼ ਇੱਕ ਅਟੈਂਪਟ ਕੀਤਾ ਕਿ ਕਈ ਲੋਕਾਂ ਦੀ ਜਿਹੜੀ ਏਜ ਆ ਉਹ ਫਿਕਸ ਹੋਵੇ। ਹੁਣ ਏਜ ਫਿਕਸ ਕਿੱਦਾਂ ਹੁੰਦੀ ਹੈ, ਉਹ ਇੱਕੋ ਤਰੀਕੇ ਨਾਲ ਹੋ ਸਕਦੀ ਹੈ ਕਿ ਏਜ ਜਿਹੜੀ ਤੁਹਾਡੀ ਆ ਕਦੋਂ ਆਪਾਂ ਫਰੀਜ਼ ਕੀਤੀ ਜਾਵੇਗੀ, ਕਦੋਂ ਆਪਾਂ ਕਹੀਏ ਕਿ ਹੁਣ ਇੱਥੇ ਦੀ ਏਜ ਲੋਕ ਆ, ਇਸ ਤੋਂ ਬਾਅਦ ਜਿੰਨਾ ਵੀ ਡਿਲੇ ਆ ਉਹ ਉਹਨੂੰ ਅਫੈਕਟ ਨਹੀਂ ਕਰੂਗਾ। ਸੋ ਇਹਨਾਂ ਨੇ ਜਿਹੜਾ ਕਾਨੂੰਨ ਉਹ ਇਹ ਕੱਢਿਆ ਸੀਗਾ, ਇੱਕ ਤਾਂ ਆਪਾਂ ਦੱਸਿਆ ਸੀਗਾ ਕਿ I-130 ਜਿੰਨੀ ਦੇਰ ਪੈਂਡਿੰਗ ਰਹੇ ਉਹ ਟਾਈਮ ਮਾਈਨਸ ਹੋ ਜਾਂਦਾ ਸੀਗਾ ਤੁਹਾਡਾ, ਤੇ ਉਸ ਤੋਂ ਬਾਅਦ ਵੀ। ਪਰ ਹੁਣ ਜੇ ਕਿਸੇ ਨੂੰ 5 ਸਾਲ ਦਾ I-130 ਪੈਂਡਿੰਗ ਰਿਹਾ, 5 ਸਾਲ ਉਹਦੇ ਮਾਈਨਸ ਹੋ ਜਾਣੇ, ਪਰ ਬੱਚੇ ਦੀ ਤਾਂ ਉਮਰ ਫਿਰ ਵੀ ਵੱਧ ਹੀ ਰਹਿਣੀ, ਰਾਈਟ। ਸੋ ਮੁੱਦਾ ਹੁਣ I-130 ਦੀ ਏਜ ਦੇ ਮਾਈਨਸ ਦਾ ਨਹੀਂ ਸੀਗਾ, ਮੁੱਦਾ ਇਹ ਸੀਗਾ ਕਿ ਕਿਹੜੇ ਪੁਆਇੰਟ ਤੇ ਆ ਕੇ ਤੁਸੀਂ ਕਹੋਗੇ ਕਿ ਏਜ ਫਰੀਜ਼ ਇਹਦੀ ਕਰਦੀ ਹੈ, ਕਿ ਮਤਲਬ ਇਹ ਤੋਂ ਬਾਅਦ ਜਿੰਨੀ ਮਰਜ਼ੀ ਡਿਲੇ ਸਾਡੇ ਵੱਲੋਂ ਆ ਫਰਕ ਨਹੀਂ ਪਊਗਾ, ਜਵਾਕ ਦੀ ਉਮਰ ਹੋਰ ਨਹੀਂ ਵਧੂਗੀ। ਸੋ ਇਹਨਾਂ ਨੇ ਕੀ ਕਿਹਾ ਸੀਗਾ, CSPA ਨੇ ਕਿਹਾ ਸੀਗਾ ਕਿ ਜਦੋਂ ਤੁਹਾਨੂੰ ਇੱਕ ਵੀਜ਼ਾ ਨੰਬਰ ਅਵੇਲੇਬਲ ਆ, ਕਿ ਤੁਹਾਡਾ ਅੰਬੈਸੀ ਤੁਹਾਨੂੰ ਕਹਿ ਦਿੰਦੀ ਆ ਕਿ ਤੁਹਾਡਾ ਹੁਣ ਵੀਜ਼ਾ ਨੰਬਰ ਜਿਹੜਾ ਉਹ ਅਵੇਲੇਬਲ ਆ, ਹੁਣ ਤੁਸੀਂ ਆ ਕੇ ਐਪਲੀਕੇਸ਼ਨ ਭਰ ਕੇ ਆਪਣਾ ਵੀਜ਼ਾ ਲੈ ਸਕਦੇ ਆ, ਉਦੋਂ ਤੁਹਾਡੀ ਏਜ ਜਿਹੜੀ ਆ ਉਹ ਫਰੀਜ਼ ਹੋ ਜਾਂਦੀ ਆ ਬਕਾਇਦ। ਪਰ ਇੱਕ ਸ਼ਰਤ ਆ ਕਿ 1 ਸਾਲ ਦੇ ਅੰਦਰ ਅੰਦਰ ਤੁਸੀਂ ਆਪਣੀ ਜਿਹੜੀ ਪਟੀਸ਼ਨ ਉਹ ਫਾਈਲ ਕਰਨੀ ਆ ਜੀ। ਹੁਣ ਇਹਦੇ ਵਿੱਚ ਕਨਫਿਊਜ਼ਨ ਬੜੀ ਰਹਿੰਦੀ ਸੀਗੀ, ਏਜੰਟ ਉਜੈਂਟ ਇਹ ਉਹ ਕਈਆਂ ਨੇ ਕਿਹਾ ਕਿ ਤੁਹਾਨੂੰ ਈਮੇਲ ਆ ਗਈ ਆ, ਆਪਾਂ ਤਾਂ ਐਪਲੀਕੇਸ਼ਨ ਭਰਤੀ ਸੀ ਫਿਰ ਉਹਨੇ ਸਾਨੂੰ ਮਨਾ ਕਰਤਾ। ਉਹਨਾਂ ਦਾ ਤੁਹਾਡੀ ਐਪਲੀਕੇਸ਼ਨ ਭਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਉਹ ਆਪਣਾ ਜਿਹੜਾ ਕੰਮ ਆ ਉਹਨੂੰ ਸਪੀਡ ਅਪ ਕਰਨ ਲਈ ਕਈ ਵਾਰੀ ਕਿਹਾ ਕਿ ਵੀਜ਼ਾ ਨੰਬਰ ਤੁੱਕੇ ਨਾਲ ਵੀ ਉਹ ਕਹਿ ਦਿੰਦੇ ਕਿ ਹੁਣ ਤੁਸੀਂ ਐਪਲੀਕੇਸ਼ਨ ਭਰ ਦਿਓ, ਐਡਵਾਂਸ 'ਚ ਭਰਾ ਲੈਂਦੇ ਸੀਗੇ। ਉਹਦੇ ਨਾਲ ਏਜ ਨਹੀਂ ਫਰੀਜ਼ ਹੁੰਦੀ, ਉਹ ਕਹਿੰਦੇ ਕਿ ਜਦੋਂ ਤੁਹਾਡਾ ਸਾਡੇ ਜਿਹੜੇ ਚਾਰਟ ਹੈਗੇ ਆ ਫਾਈਨਲ ਇਲੈਕਸ਼ਨ ਡੇਟ ਦਾ, ਜਦੋਂ ਚਾਰਟ ਏ ਤੇ ਚਾਰਟ ਬੀ ਆ, ਵੀਜ਼ਾ ਬੁਲੇਟਿਨ ਛਪਦਾ ਹਰੇਕ ਮਹੀਨੇ, ਉਹ ਕਹਿੰਦੇ ਕਿ ਜਦੋਂ ਚਾਰਟ ਏ ਵਾਲਾ ਜਿਹੜਾ ਫਾਈਨਲ ਇਲੈਕਸ਼ਨ ਡੇਟ ਆ ਉਹ ਜਦੋਂ ਚਾਰਟ ਤੁਹਾਡਾ ਛਪਦਾ ਸੀਗਾ, ਉਹਦੇ ਵਿੱਚ ਜੇ ਤੁਹਾਡੀ ਜਿਹੜੀ ਪ੍ਰਾਇਓਰਟੀ ਡੇਟ ਆ ਜਿਹੜੀ ਵੀ ਤੁਹਾਡੀ I-130 ਦਾ ਟਾਈਮ ਜਿਹੜਾ ਮਾਈਨਸ ਕਰਕੇ ਜੇ ਤੁਹਾਡੇ ਜਦੋਂ ਉਹ ਚਾਰਟ ਨੇ ਕਹਿਤਾ ਕਿ ਹੁਣ ਤੁਸੀਂ ਵੀਜ਼ਾ ਫਾਈਲ ਕਰ ਸਕਦੇ ਆ, ਉਦੋਂ ਤੁਹਾਡੀ ਏਜ ਫਰੀਜ਼ ਹੋ ਗਈ। ਉਸ ਤੋਂ ਬਾਅਦ ਨਹੀਂ ਮੈਟਰ ਕਰਦਾ ਕਿ ਕਿੰਨੀ ਦੇਰ ਤੁਹਾਡਾ ਅੰਬੈਸੀ ਕਿੰਨਾ ਪ੍ਰੋਸੈਸ ਲੈਂਦੀ, ਕਿੰਨਾ ਟਾਈਮ ਲੱਗਦੀ ਹੈ। ਓਕੇ, ਇਹਦੇ ਵਿੱਚ ਪ੍ਰੋਬਲਮ ਇੱਕੋ ਸੀਗੀ ਕਿ ਉਹਨਾਂ ਨੇ ਬੜੇ ਸਟ੍ਰਿਕਟਲੀ ਕਿਹਾ ਕਿ ਚਾਰਟ ਏ ਜਿਹੜਾ ਹੈਗਾ ਫਾਈਨਲ ਇਲੈਕਸ਼ਨ ਡੇਟ ਜੀ, ਉਹਦੇ ਵਿੱਚ ਜਿਹੜੀ ਡੇਟ ਆ ਉਹਦੇ ਹਿਸਾਬ ਨਾਲ ਆਪਾਂ ਏਜ ਫਰੀਜ਼ ਕਰਦੇ ਹਾਂ। ਹੁਣ ਜਿਹਨਾਂ ਨੂੰ ਇਹ ਨਹੀਂ ਸਮਝ ਆ ਉਹਨਾਂ ਨੂੰ ਥੋੜ੍ਹੀ ਜਿਹੀ ਡਿਟੇਲ 'ਚ ਹੋਰ ਸਮਝਾਉਂਦੇ ਹਾਂ ਕਿੱਦਾਂ। ਠੀਕ ਹੈ, ਹਰੇਕ ਕੰਟਰੀ ਦੇ ਪੂਰੇ ਵਰਲਡਵਾਈਡ ਉਹਨਾਂ ਨੇ ਇੱਕ ਲਿਮਿਟ ਰੱਖੀ ਹੋਈ ਆ ਗ੍ਰੀਨ ਕਾਰਡ ਦੇ ਕਿ ਇੰਨੇ ਗ੍ਰੀਨ ਕਾਰਡ ਆਪਾਂ ਦੇਣੇ ਆ ਸਾਲ ਦੇ। ਉਸ ਤੋਂ ਬਾਅਦ ਇਹਨਾਂ ਨੇ ਕੀ, ਉਸ ਤੋਂ ਬਾਅਦ ਇਹਨਾਂ ਨੇ ਲਿਮਿਟ ਰੱਖਿਆ ਕਿ ਹਰੇਕ ਕੰਟਰੀ ਨੂੰ 7% ਦਾ ਕੋਟਾ, ਇੰਡੀਆ ਨੂੰ ਵੀ ਸੇਮ ਕੋਟਾ ਵਾ, ਪਾਕਿਸਤਾਨ ਜਿਹੜਾ ਛੋਟਾ ਉਹਨੂੰ ਵੀ ਸੇਮ ਕੋਟਾ, ਨੇਪਾਲ ਜਿਹੜਾ ਉਹ ਤੋਂ ਛੋਟਾ ਉਹਨੂੰ ਵੀ ਸੇਮ ਕੋਟਾ, ਆਈਸਲੈਂਡ ਜਿੱਥੇ ਮੇਰੇ ਖਿਆਲ 10,000 ਤੋਂ ਵੀ ਘੱਟ ਗਿਣਤੀ ਦੇ ਲੋਕ ਨਾਗਰਿਕ ਆ ਉਹਨਾਂ ਦਾ ਵੀ ਸੇਮ ਕੋਟਾ, ਇੰਡੀਆ ਦੇ 2 ਬਿਲੀਅਨ ਉਹਨਾਂ ਦੇ ਸਾਰਿਆਂ ਦਾ ਸੇਮ ਕੋਟਾ। ਜਿਹੜਾ ਇੰਡੀਆ ਦਾ ਕੋਟਾ ਉਹ ਭਰ ਜਾਂਦਾ ਸੀਗਾ ਓਬਵੀਅਸਲੀ, ਤਾਂ ਕਰਕੇ ਜਿਹੜੀ ਇੰਡੀਆ ਵਾਲੀ ਵੇਟ ਆ ਤੁਸੀਂ ਦੇਖੋ ਕਿ ਉਹ 15-15 ਸਾਲ, ਹੁਣ ਫਿਲੀਪੀਨ, ਮੈਕਸੀਕੋ ਉਹਨਾਂ ਦੀ ਵੀ ਵੇਟ ਬਹੁਤ ਜ਼ਿਆਦਾ ਜਿਹੜੀ ਸੀ ਕਿਉਂਕਿ ਲੋਕੀ ਇੱਥੋਂ ਜ਼ਿਆਦਾ ਆਉਣਾ ਚਾਹੁੰਦੇ ਆ ਜੀ। ਸੋ ਹੁਣ ਇਹ ਜਿਹੜੀ ਵੇਟ ਸੀਗੀ ਜਦੋਂ ਤੁਸੀਂ ਪਟੀਸ਼ਨ ਫਾਈਲ ਕੀਤੀ, ਮੰਨ ਲਓ ਕਿਸੇ ਨੇ ਜਨਵਰੀ 1, 1995 ਦੇ ਵਿੱਚ ਪਟੀਸ਼ਨ ਫਾਈਲ ਕੀਤੀ, ਜਦੋਂ ਉਹਨੇ ਉਹ ਪਟੀਸ਼ਨ ਫਾਈਲ ਕੀਤੀ I-130,
ਜਿਹੜੀ ਉਹ ਡੇਟ ਹੈਗੀ ਆ ਉਹ ਬਣ ਜਾਂਦੀ ਆ ਪ੍ਰਾਇਓਰਟੀ ਡੇਟ, ਉਹਨੂੰ ਕਹਿੰਦੇ ਆ ਪ੍ਰਾਇਓਰਟੀ ਡੇਟ। ਪ੍ਰਾਇਓਰਟੀ ਡੇਟ ਦਾ ਮਤਲਬ ਕੀ ਆ, ਤੁਹਾਨੂੰ ਇੱਕ ਤੁਹਾਡਾ ਨੰਬਰ ਤੁਸੀਂ ਲਾਈਨ ਦੇ ਵਿੱਚ ਲੱਗ ਗਏ, ਹੁਣ ਤੁਹਾਡੀ ਪ੍ਰਾਇਓਰਟੀ ਡੇਟ ਉਹ ਨੰਬਰ ਕਦੋਂ ਆਉਣਾ ਹੈ ਨਾ, ਹੁਣ ਕਿਸੇ ਨੇ 95 'ਚ ਫਾਈਲ ਕੀਤੀ, ਕਿਸੇ ਨੇ 2005 'ਚ ਫਾਈਲ ਕੀਤੀ, ਕਿਸੇ ਨੇ 2010 'ਚ ਫਾਈਲ ਕੀਤੀ, ਰਾਈਟ, ਤਿੰਨਾਂ ਦੀਆਂ ਉਦਾਹਰਨਾਂ ਤੁਹਾਨੂੰ ਦੇ ਦਿੰਦੇ ਹਾਂ। ਅੱਜ ਦੀ ਡੇਟ ਦੇ ਵਿੱਚ ਮੰਨ ਲਓ 2005 ਚੱਲਦਾ ਪਿਆ ਪ੍ਰਾਇਓਰਟੀ ਡੇਟ ਦਾ, ਹੁਣ ਇਹ ਡੇਟ ਸਾਨੂੰ ਪਤਾ ਕਿੱਦਾਂ ਲੱਗਦੀ ਆ, ਹਰੇਕ ਮਹੀਨੇ ਜਿਹੜੀ ਇਮੀਗ੍ਰੇਸ਼ਨ ਆ ਆਪਣੀ ਵੈਬਸਾਈਟ 'ਤੇ ਵੀਜ਼ਾ ਬੁਲੇਟਿਨ ਜਿਹੜਾ ਪਬਲਿਸ਼ ਕਰਦੀ ਆ, ਤੁਸੀਂ ਉਹਨੂੰ ਆਪੇ ਗੂਗਲ ਕਰ ਸਕਦੇ ਹੋ, ਤੁਹਾਨੂੰ ਕਿਸੇ ਕੋਲ ਜਾ ਕੇ ਪੁੱਛਣ ਦੀ ਲੋੜ ਨਹੀਂ ਕਿ ਮੇਰਾ ਟਾਈਮ ਕਿੰਨਾ ਲੱਗੂਗਾ। ਤੁਸੀਂ ਗੂਗਲ 'ਤੇ ਜਾਓ, ਵੀਜ਼ਾ ਬੁਲੇਟਿਨ ਪਾਓ, ਪਹਿਲੀ ਵੈਬਸਾਈਟ ਖੁੱਲੂਗੀ, ਉਹ ਤੁਹਾਨੂੰ ਇੱਕ ਮਹੀਨਾ ਪਹਿਲਾਂ ਦੱਸ ਦਿੰਦੇ ਆ ਕਿ ਮਾਰਚ ਦੇ ਵਿੱਚ ਕਿਹੜੀ ਡੇਟ ਆਪਾਂ, ਕਿਹੜੀ ਡੇਟ 'ਤੇ ਕੇਸ ਆਪਾਂ ਐਕਸੈਪਟ ਕਰਨੇ ਆ। ਠੀਕ ਹੈ, ਠੀਕ ਹੈ। ਸੋ ਇਹ ਜਿਹੜਾ ਵੀਜ਼ਾ ਬੁਲੇਟਿਨ ਛਪਦਾ, ਇਹਦੇ ਵਿੱਚ ਤੁਸੀਂ ਦੇਖੋਗੇ ਕਾਫੀ ਜ਼ਿਆਦਾ ਚਾਰਟ ਬਣੇ ਹੋਏ ਆ ਉਹਨਾਂ ਨੇ, ਪਹਿਲਾਂ ਸਭ ਤੋਂ ਪਹਿਲਾਂ ਫੈਮਿਲੀ ਬੇਸ ਦਾ ਹੀ ਆਉਂਦਾ। ਹਾਂਜੀ, ਤੇ ਤੁਹਾਡੇ ਨਾਲ ਹੀ ਹੁਣ ਖੋਲ ਕੇ ਮੈਂ ਜਿਹੜਾ ਚਾਰਟ ਆ ਤੁਹਾਨੂੰ ਐਕਸਪਲੇਨ ਕਰ ਦਿੰਦਾ ਕਿ ਕਿੱਦਾਂ ਚੱਲਦਾ, ਜਿਹੜੇ ਕੰਪਿਊਟਰ ਤੇ ਬੈਠੇ ਆ ਖੋਲੋ ਵੀਜ਼ਾ ਬੁਲੇਟਿਨ ਹੁਣੇ। ਸੋ ਕੀ ਹੈ, ਦੋ ਤਰ੍ਹਾਂ ਦੇ ਚਾਰਟ ਆ ਜਾਂਦੇ, ਇੱਕ ਫਾਈਨਲ ਐਕਸ਼ਨ ਡੇਟ, ਇੱਕ ਡੇਟ ਫਾਰ ਫਾਈਲਿੰਗ। ਹਾਂਜੀ, ਸੋ ਫਰਵਰੀ ਦਾ ਵੀ ਚਾਰਟ ਇਸ ਵੇਲੇ ਡਿਸਪਲੇ ਹੋ ਰਿਹਾ, ਮਾਰਚ ਦਾ ਵੀ ਡਿਸਪਲੇ ਹੋ ਰਿਹਾ, ਰਾਈਟ ਜੀ। ਤੇ ਸਾਨੂੰ ਪਤਾ ਅੱਜ ਫੈਮਿਲੀ ਬੇਸ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਕੁਐਸਚਨ ਪੁੱਛਣਾ ਕਿ ਚੱਲਦੇ ਕਿਹੜੇ ਚਾਰਟ ਆ। ਸੋ ਪਹਿਲਾਂ ਆ ਗਿਆ ਫਾਈਨਲ ਐਕਸ਼ਨ ਡੇਟ। ਫਾਈਨਲ ਐਕਸ਼ਨ ਡੇਟ ਦਾ ਮਤਲਬ ਹੈਗਾ ਕਿ ਜਿਹੜੇ ਐਕਚੁਅਲ ਦੇ ਵਿੱਚ ਲੋਕਾਂ ਦਾ ਗ੍ਰੀਨ ਕਾਰਡ ਵਾਲਾ ਨੰਬਰ ਲਾਈਨ 'ਚ ਜਿਹੜਾ ਨੰਬਰ ਜਿਹਨਾਂ ਦਾ ਆ ਗਿਆ 100% ਆ ਗਿਆ ਜਿਹਨਾਂ ਦਾ। ਠੀਕ ਹੈ, ਜਿਹੜੇ ਭੈਣ ਭਰਾਵਾਂ ਦੇ ਕੇਸ ਆ ਉਹਨਾਂ ਦਾ ਇਹ ਨੰਬਰ ਅੱਜ ਦੀ ਡੇਟ 'ਚ ਸ਼ੋ ਕਰ ਰਿਹਾ 5 September 2015। ਜੀ, ਸੋ ਜਿਹੜੇ 5 September 2015 ਵਾਲੇ ਆ, ਉਹ ਜਿਹੜਾ ਪੁਰਾਣਾ ਕਾਨੂੰਨ ਆ ਉਹਦੇ ਅਕੋਰਡਿੰਗ ਜਿਹੜੇ 5 September 2015 ਦੀ ਜਿਹੜੀ ਸੋਰੀ 15 September 2005 ਤੁਸੀਂ ਤਾਂ ਛਾਲ ਹੀ ਬੜੀ ਮਰਾਦ ਦੀ, ਛਾਲ ਵਾਪਸ ਆ ਜਾਓ 15 ਦੀ ਆ ਜੀ, 15 September 2005 ਨੂੰ ਜਿਹਨਾਂ ਦੀ ਪ੍ਰਾਇਓਰਟੀ ਡੇਟ ਆ ਅੱਜ ਦੀ ਡੇਟ ਮਾਰਚ ਦੇ ਵਿੱਚ, ਉਹਨਾਂ ਦੀ ਏਜ ਜਿਹੜੀ ਆ ਉਹ ਫ੍ਰੀਜ਼ ਹੋ ਜਾਂਦੀ ਹੈ, ਮਤਲਬ ਉਹਨਾਂ ਨੂੰ ਹੁਣ ਉਸ ਤੋਂ ਬਾਅਦ ਜਿੰਨਾ ਮਰਜ਼ੀ ਅੰਬੈਸੀ ਟਾਈਮ ਲਵੇ ਉਹ ਡਿਲੇ ਉਹਨਾਂ ਦਾ ਅਕਾਊਂਟ ਨਹੀਂ ਹੋਣਾ। ਠੀਕ ਆ, ਹੁਣ ਕੀ ਸੀਗਾ ਕਿ ਪਹਿਲਾਂ ਸਿਰਫ ਇਹ ਇੱਕੋ ਚਾਰਟ ਹੁੰਦਾ ਸੀਗਾ, ਤੇ 2018 ਦੇ ਵਿੱਚ ਇਹਨਾਂ ਨੇ ਲੋਕਾਂ ਦੀ ਥੋੜੀ ਹੈਲਪ ਕਰਨ ਲਈ ਦੋ ਚਾਰਟ ਬਣਾਤੇ, ਇੱਕ ਚਾਰਟ ਬੀ ਬਣਾਤਾ। ਜਿਹੜਾ ਚਾਰਟ ਬੀ ਸੀਗਾ ਉਹ ਹੈਗਾ ਡੇਟ ਫਾਰ ਫਾਈਲਿੰਗ, ਸੋ ਚਾਰਟ ਇਹ ਹੋ ਗਿਆ ਫਾਈਨਲ ਐਕਸ਼ਨ, ਫਾਈਨਲ ਮਤਲਬ ਤੁਹਾਡਾ ਫਾਈਨਲ ਨੰਬਰ ਲੱਗ ਗਿਆ ਲਾਈਨ 'ਚ ਜੀ। ਡੇਟ ਫਾਰ ਫਾਈਲਿੰਗ ਜਿਹੜਾ ਚਾਰਟ ਬੀ ਆ, ਚਾਰਟ ਬੀ ਕੀ ਕਹਿੰਦਾ ਵਾ, ਚਾਰਟ ਬੀ ਇਹ ਕਹਿੰਦਾ ਕਿ ਉਹਦੇ ਵਿੱਚ ਜਿਹੜੀ ਡੇਟ ਆ ਉਹ ਥੋੜੀ ਜਿਹੀ ਤੇਜ਼ ਚੱਲਦੀ ਆ। ਜਿਹੜਾ ਚਾਰਟ ਬੀ ਆ ਉਹਦੀ ਡੇਟ ਚੱਲ ਰਹੀ ਆ 22 February 2006, ਉਹਦੀ ਸੀਗੀ ਸਪਟੰਬਰ, ਇਹਦੀ ਸੀਗੀ ਉਹਦੀ September 5, ਇਹਦੀ February 6, September 15, 2005, ਇਹਦੀ 22 February 2006 ਜੀ। ਹੁਣ ਇਹਦੇ ਵਿੱਚ ਇੱਕ ਘੁੰਡੀ ਸੀਗੀ, ਇਹ 'ਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਕਿ ਪੈਰਾਲੀਗਲ ਨੇ ਗਲਤੀ ਕਰਤੀ, ਉਹਨੇ ਫਾਈਲ ਕੀਤਾ, ਉਹਨਾਂ ਨੇ ਵਾਪਸ ਭੇਜਤਾ। ਜਿਹੜਾ ਚਾਰਟ ਬੀ ਆ ਉਹ ਹਰੇਕ ਮਹੀਨੇ ਔਨ ਨਹੀਂ ਹੁੰਦਾ, ਤੁਸੀਂ ਕਹਿ ਲਓ ਕਿ ਇਮੀਗ੍ਰੇਟ, ਹੁਣ ਚਾਰਟ ਏ ਤੇ ਚਾਰਟ ਬੀ ਉਹਨਾਂ ਨੇ ਬਣਾਤੇ, ਚਾਰਟ ਏ ਤੇ ਚਲੋ ਫਾਈਨਲੀ ਆ, ਚਲੋ ਤੁਸੀਂ ਚਾਰਟ ਏ ਦੇ ਹਿਸਾਬ ਨਾਲ ਤੁਹਾਡੀ ਡੇਟ ਹੈਗੀ, ਤੁਹਾਨੂੰ ਕੋਈ ਰੋਕ ਨਹੀਂ ਸਕਦਾ ਗ੍ਰੀਨ ਕਾਰਡ ਫਾਈਲ ਕਰਨ ਤੋਂ, ਵੀਜ਼ਾ ਫਾਈਲ ਕਰਨ ਤੋਂ। ਜਿਹੜਾ ਚਾਰਟ ਬੀ ਸੀਗਾ ਉਹਦੇ ਵਿੱਚ ਕੀ ਆ ਕਿ ਇਮੀਗ੍ਰੇਸ਼ਨ ਤੁਹਾਨੂੰ ਹਰੇਕ ਮਹੀਨੇ ਦੱਸਦੀ ਸੀਗੀ ਕਿ ਇਸ ਮਹੀਨੇ ਆਪਾਂ ਚਾਰਟ ਏ 'ਚੋਂ ਡੇਟ ਚੱਕ ਰਹੇ ਹਾਂ ਕਿ ਚਾਰਟ ਬੀ 'ਚੋਂ ਚੱਕ ਰਹੇ ਹਾਂ, ਰਾਈਟ, ਕਿਉਂਕਿ ਚਾਰਟ ਬੀ ਜਿਹੜਾ ਤੇਜ਼ ਚੱਲਦਾ ਵਾ, ਤੇ ਜਿੱਦਣ ਚਾਰਟ ਬੀ ਦੇ ਵਿੱਚ ਡੇਟ ਲੋਕ ਉਹਨਾਂ ਨੇ ਇਮੀਗ੍ਰੇਸ਼ਨ ਨੇ ਕਿਹਾ ਕਿ ਆਪਾਂ ਚਾਰਟ ਬੀ ਵਾਲੀ ਚੱਕਦੇ ਹਾਂ, ਤਾਂ ਕਾਫੀ ਲੋਕਾਂ ਨੂੰ ਫਾਇਦਾ ਹੋ ਜਾਂਦਾ ਸੀਗਾ। ਜਿਹੜੇ ਅਮਰੀਕਾ ਦੇ ਵਿੱਚ ਲੋਕੀ ਸਪੈਸ਼ਲੀ ਹੈਗੇ ਆ, ਉਹ ਇੱਥੇ 485 ਜਿਹੜਾ ਹੈਗਾ ਐਡਜਸਟਮੈਂਟ ਆਫ ਸਟੇਟਸ, ਉਹ ਫਾਈਲ ਕਰ ਸਕਦੇ ਆ ਗ੍ਰੀਨ ਕਾਰਡ। ਇਹਦੇ ਕਰਕੇ ਕੀ ਸੀਗਾ ਕਿ ਆਪਣੀ ਕਮਿਊਨਿਟੀ 'ਚ ਮਿਸ ਇਨਫੋਰਮੇਸ਼ਨ ਹੈਗੀ, ਉਹਨਾਂ ਨੂੰ ਹੁਣ ਇੰਨਾ ਚਾਰਟ ਏ ਚਾਰਟ ਬੀ ਆ ਸਾਰੀਆਂ ਕੌਣ ਸਮਝਾਵੇ, ਜਿਹੜੇ ਸਮਝਾਉਣ ਵਾਲੇ ਉਹਨਾਂ ਨੂੰ ਆਪ ਨਹੀਂ ਪਤਾ। ਉਹਨਾਂ ਨੂੰ ਕੀ ਸੀਗਾ ਕਿ ਸਿੰਪਲੀਫਾਈ ਕਰਕੇ ਦੱਸ ਦਿੰਦੇ ਸੀ ਕਿ ਭਾਈ ਤੁਸੀਂ ਕਿੱਦਾਂ ਮਰਜ਼ੀ ਬਾਰਡਰ ਬੁਰਡਰ ਟੱਪ ਕੇ ਘੁੰਮ ਕਰਾ ਕੇ ਇੱਥੇ ਆ ਜਾਓ, ਜੇ ਇੱਥੇ ਆ ਜਾਵੇ ਤੁਹਾਡੇ ਬੱਚੇ ਬਚ ਜੂਗੇ, ਕਿਉਂਕਿ ਇੱਥੇ ਤੁਸੀਂ ਛੇਤੀ ਫਾਈਲ ਕਰ ਸਕਦੇ ਆ। ਸੋ ਇੱਦਾਂ ਦਾ ਕੁਛ ਨਹੀਂ ਹੈਗਾ, ਚਾਰਟ ਬੀ ਤੁਹਾਡੀ, ਚਾਰਟ ਬੀ ਸਿਰਫ ਉਹਨਾਂ ਦੀ ਹੈਲਪ ਕਰਦਾ ਸੀਗਾ ਜਿਹੜੇ ਆਲਰੇਡੀ ਇੱਥੇ ਲੀਗਲ ਤਰੀਕੇ ਨਾਲ ਸੀਗੇ, ਤੇ ਉਹ ਸਾਲ ਕੁ ਜਲਦੀ ਫਾਈਲ ਕਰ ਸਕਦੇ ਸੀਗੇ, ਤੇ ਉਹਨਾਂ ਨੂੰ ਕਈ ਵਾਰੀ ਇਹਦੇ ਕਰਕੇ ਫਾਇਦਾ ਹੋ ਜਾਂਦਾ ਸੀਗਾ ਕਿ ਉਹ ਏਜ ਆਊਟ ਨਹੀਂ ਹੁੰਦੇ ਸੀਗੇ, ਉਹਨਾਂ ਦੇ 1-2 ਸਾਲ ਜਿਹੜੇ ਬਚ ਜਾਂਦੇ ਸੀਗੇ, ਕਿਉਂਕਿ ਅੰਬੈਸੀਆਂ ਦੇ ਵਿੱਚ ਜ਼ਿਆਦਾ ਡਿਲੇ ਆ, ਰਾਈਟ। ਸੋ ਜਿਹੜਾ ਬੰਦਾ ਬਾਹਰ ਵੇਟ ਕਰ ਰਿਹਾ, ਇੰਡੀਆ ਦੇ ਵਿੱਚ ਵੇਟ ਕਰਦਾ ਸੀਗਾ, ਉਹਨੂੰ ਚਾਰਟ ਬੀ ਦਾ ਕੋਈ ਫਾਇਦਾ ਨਹੀਂ, ਉਹਦਾ ਉਹਨੇ ਚਾਰਟ ਏ ਦੇ ਹਿਸਾਬ ਨਾਲ ਚੱਲਣਾ ਕਿ ਜਦੋਂ ਫਾਈਨਲ ਉਹਦਾ ਨੰਬਰ ਆਇਆ ਉਹਨੂੰ ਕੋਈ, ਇਹ ਸਿਰਫ ਫਾਇਦਾ ਜਿਹੜਾ ਚਾਰਟ ਬੀ ਦਾ ਸੀਗਾ ਉਹਨਾਂ ਨੂੰ ਦਿੱਤਾ ਸੀਗਾ, ਜਿਹੜੇ ਲੋਕੀ ਅਮਰੀਕਾ ਦੇ ਵਿੱਚ ਆਉਂਦੇ ਸੀ, ਅਮਰੀਕਾ ਦੇ ਵਿੱਚ ਬੈਠੇ ਹੋਏ ਆ। ਤਾਂ ਕਰਕੇ ਕੀ ਸੀਗਾ ਕਿ ਆਪਣੀ ਕਮਿਊਨਿਟੀ 'ਚ ਇਨਫੋਰਮੇਸ਼ਨ ਫੈਲ ਗਈ ਕਿ ਭਾਈ ਅਮਰੀਕਾ ਆ ਜਾਓ, ਇੱਥੇ ਤੁਹਾਡਾ ਛੇਤੀ ਫਾਇਦਾ ਹੋ ਜਾਣਾ, ਇੱਥੇ ਦੇ ਕਾਨੂੰਨ ਹੋਰ ਆ। ਸੋ ਕਾਨੂੰਨ ਕੋਈ ਹੋਰ ਨਹੀਂ, ਬਸ ਇੱਕ ਚਾਰਟ ਵੀ ਹੁੰਦਾ ਸੀਗਾ ਜਿਹੜਾ ਤੁਹਾਨੂੰ ਜਲਦੀ ਫਾਈਲ ਕਰਨ ਦੀ ਆਪਸ਼ਨ ਦਿੰਦਾ ਸੀਗਾ। ਠੀਕ ਹੈ, ਇਹ ਜਿਹੜੇ ਹੁਣ CSPA ਸੀਗਾ, CSPA ਨੇ ਇੱਕ ਫਾਰਮੂਲਾ ਤੁਹਾਨੂੰ ਦਿੱਤਾ, CSPA ਨੇ ਤੁਹਾਨੂੰ ਫਾਰਮੂਲਾ ਇਹ ਦਿੱਤਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਏਜ ਦੱਸੋ ਕਿ ਵੀਜ਼ਾ ਅਵੇਲੇਬਲ ਜਦੋਂ ਤੁਹਾਨੂੰ ਹੋਇਆ ਚਾਰਟ ਏ ਦੇ ਅਕੋਰਡਿੰਗ, ਜਦੋਂ ਆਪਾਂ ਦੱਸਿਆ ਕਿ 2005 ਆ, ਜੋ ਵੀ ਤੁਹਾਡੀ ਉਮਰ ਆ, ਜੇ ਤੁਹਾਡੀ ਉਮਰ ਮੰਨ ਲਓ 25 ਸਾਲ ਆ
ਸਪਟੰਬਰ ਉਹਦੇ ਹਿਸਾਬ ਨਾਲ ਕੈਲਕੂਲੇਟ ਕਰੀਏ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਪਟੰਬਰ ਵਾਲੇ 25 ਸਾਲ ਦੇ ਉਹ ਹੋ ਗਏ, ਜਵਾਕ 25 ਸਾਲ ਦਾ ਹੋ ਗਿਆ, ਉਹ ਕਹਿੰਦੇ ਕਿ ਜਿਹੜੀ ਤੁਹਾਡੀ ਵੀਜ਼ਾ ਅਵੇਲੇਬਿਲਟੀ ਦੀ ਡੇਟ ਆ, ਵੀਜ਼ਾ ਅਵੇਲੇਬਿਲਟੀ ਦਾ ਮਤਲਬ ਇਹਦੇ ਵਿੱਚ ਕੀ ਹੋਇਆ ਚਾਰਟ ਦੇ ਵਿੱਚ, ਵੀਜ਼ਾ ਅਵੇਲੇਬਿਲਟੀ ਦਾ ਮਤਲਬ ਇਹਦੇ ਵਿੱਚ ਇਹ ਹੋਇਆ ਕਿ ਸਪਤੰਬਰ 2005 ਜੀ, ਜਿਹਨਾਂ ਦੀ ਉਹ ਡੇਟ ਜਿਹੜੀ ਉਹ ਡੇਟ ਤੋਂ ਪਹਿਲਾਂ ਵਾਲੀ ਪਟੀਸ਼ਨ ਆ, ਉਹਨਾਂ ਦਾ ਵੀਜ਼ਾ ਨੰਬਰ ਅੱਜ ਦੀ ਡੇਟ 'ਚ ਅਵੇਲੇਬਲ ਆ। ਹੁਣ ਆਪਾਂ ਦੇਖੀਏ ਕਿ ਉਹਦੇ ਵਿੱਚ ਮੰਨ ਲਓ ਕਿ ਕੋਈ ਜਵਾਕ ਆ ਉਹ 25 ਸਾਲ ਦਾ ਹੋ ਗਿਆ, ਫਾਰਮੂਲਾ ਲਾਉਣ ਲਈ ਪਤਾ ਕਰਨ ਲਈ ਵਕੀਲ ਨੂੰ ਦੋ ਚੀਜ਼ਾਂ ਦੀ ਜਾਣਕਾਰੀ ਚਾਹੀਦੀ ਆ, ਇੱਕ ਤੁਹਾਡੀ ਪ੍ਰਾਇਓਰਟੀ ਡੇਟ ਕੀ, ਤੁਹਾਡੀ ਪਟੀਸ਼ਨ ਕਦੋਂ ਫਾਈਲ ਹੋਈ ਆ। ਫੋਰ ਐਗਜ਼ਾਮਪਲ ਆਪਾਂ ਦੱਸਿਆ ਕਿ ਕਿਸੇ ਦੀ ਹੁਣ 15 ਸਪਤੰਬਰ 2005 ਦੇ ਵਿੱਚ ਫਾਈਲ ਹੋਈ ਸੀਗੀ, ਜਾਂ ਉਹ ਤੋਂ ਪਹਿਲਾਂ ਵੀ ਜਿਹੜੇ ਉਹ ਤੋਂ ਪਹਿਲਾਂ ਵਾਲੇ ਆ ਸਾਰੇ, ਰਾਈਟ, ਉਹ ਹੁਣ ਮਾਰਚ ਦੇ ਵਿੱਚ ਆਪਣਾ ਜਿਹੜਾ ਕੇਸ ਆ ਉਹ ਫਾਈਲ ਕਰ ਸਕਦੇ, ਉਹਨਾਂ ਦਾ ਵੀਜ਼ਾ ਜਿਹੜਾ ਅਵੇਲੇਬਲ ਹੋ ਗਿਆ, ਕਿਉਂਕਿ ਚਾਰਟ ਨੇ ਸਾਨੂੰ ਦੱਸਿਆ ਕਿ ਵੀਜ਼ਾ ਇਹਨਾਂ ਦਾ ਅਵੇਲੇਬਲ ਆ। ਉਹ ਵੀਜ਼ਾ ਅਵੇਲੇਬਿਲਟੀ ਦੇ ਟਾਈਮ ਜਿਹੜੇ ਤਾਂ 21 ਸਾਲ ਤੋਂ ਛੋਟੇ ਉਹ ਸਿੱਧੇ ਆ ਜਾਣੇ, ਜਿਹੜੇ 21 ਸਾਲ ਤੋਂ ਉੱਪਰ ਹੋ ਗਏ ਉਹਨਾਂ ਨੂੰ ਉਹਨਾਂ ਨੇ ਇਹ ਬੈਨੀਫਿਟ ਦਿੱਤਾ ਸੀਗਾ ਕਿ ਜਿਹੜਾ ਟਾਈਮ ਤੁਹਾਡੀ I-130 ਪੈਂਡਿੰਗ ਆ ਉਹ ਆਪਾਂ ਮਾਈਨਸ ਹੋ ਜਾਣਾ। ਹੁਣ ਲੋਕਾਂ ਨੂੰ ਚੱਕਰ ਇਹ ਹੈ ਕਿ ਮਾਈਨਸ ਤਾਂ ਹੋ ਜਾਣਾ, I-130 ਜੋ ਮਾਈਨਸ ਤਾਂ ਹੋ ਜਾਣਾ, ਮਾਈਨਸ ਕਰੀਏ ਕਦੋਂ ਕਰੀਏ, ਹੈਨਾ। ਤਾਂ ਕਰਕੇ ਜਿਹੜਾ ਚਾਰਟ ਏ ਸੀਗਾ ਉਹ ਰੈਲੀਵੈਂਟ ਸੀਗਾ, ਠੀਕ ਹੈ, ਇਹ ਸੀਗਾ ਜਿਹੜਾ ਪੁਰਾਣਾ ਕਾਨੂੰਨ। ਤੇ ਇਹਨੇ ਹੁਣ ਜਿਹੜੇ ਸੀਗੇ ਇਹ ਕਾਨੂੰਨ ਦੇ ਵਿੱਚ ਕੀ ਬਦਲ ਹੋਇਆ, ਇਹ ਚਾਰਟ ਏ ਚਾਰਟ ਬੀ ਜਿਹੜਾ ਆਪਾਂ ਦੱਸਿਆ, ਇਹ ਬੇਸ ਤੁਹਾਨੂੰ ਦੱਸਣਾ ਜ਼ਰੂਰੀ ਸੀਗਾ। ਹੁਣ ਟੈਕਨੀਕਲ ਡਿਸਕਸ਼ਨ ਆ, ਇਹ ਚੋਂ ਇਨਫੋਰਮੇਸ਼ਨ ਲੈ ਲਓ, ਸਾਰਿਆਂ ਨੂੰ ਨਹੀਂ ਵੀ ਸਮੇਂ ਲੱਗਣੀ, ਮੇਰੀ ਪ੍ਰੋਬਲਮ ਨਹੀਂ ਆ, ਪਰ ਇਹ ਹੈ ਕਿ ਜੇ ਤੁਹਾਨੂੰ ਕੁਛ ਸਮੇਂ ਲੱਗਦੀ ਹੈ, ਚੋਂ ਇਹ ਹੈ ਕਿ ਤੁਹਾਨੂੰ ਆਪਣੀ ਪ੍ਰਾਇਓਰਟੀ ਡੇਟ ਪਤਾ ਹੋਣੀ ਚਾਹੀਦੀ ਆ, ਤੁਹਾਨੂੰ ਚਾਰਟ ਦੇਖਣੇ ਆਉਣੇ ਚਾਹੀਦੇ ਆ, I-130 ਕਦੋਂ ਫਾਈਲ ਹੋਇਆ ਉਹ ਪਤਾ ਹੋਣਾ ਚਾਹੀਦਾ, ਤੇ ਅਪਰੂਵ ਕਦੋਂ ਹੋਇਆ ਉਹ ਪਤਾ ਹੋਣਾ ਚਾਹੀਦਾ। ਮਤਲਬ ਕਿ ਤੁਸੀਂ ਵਕੀਲ ਨੂੰ ਆਪਣਾ ਜਿਹੜਾ I-130 ਦਾ ਅਪਰੂਵਲ ਨੋਟਿਸ ਆ, ਜਿਹਦੇ ਉੱਤੇ ਰਸੀਦ ਡੇਟ, ਪ੍ਰਾਇਓਰਟੀ ਡੇਟ, ਅਪਰੂਵਲ ਡੇਟ ਲਿਖੀ ਆ, ਉਹ ਤੋਂ ਬਿਨਾਂ ਤੁਹਾਡਾ ਜਿਹੜਾ ਇਹ ਜਵਾਬ ਨਹੀਂ ਦਿੱਤਾ ਜਾ ਸਕਦਾ। ਠੀਕ ਆ, ਠੀਕ ਆ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਆ, ਉਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ, ਸੀਟ ਡੇਟ, ਪ੍ਰਾਇਓਰਟੀ ਡੇਟ, ਅਪਰੂਵਲ ਡੇਟ, ਅਤੇ ਜਿਹੜਾ ਚਾਰਟ ਏ ਦੇ ਵਿੱਚ ਪ੍ਰਾਇਓਰਟੀ ਜਿਹੜੀ ਆਈ ਹੈਗੀ ਆ, ਫਾਈਨਲ ਐਕਸ਼ਨ ਡੇਟ ਜਿਹੜੀ ਆ ਉਹਦਾ ਪਤਾ ਹੋਣਾ ਚਾਹੀਦਾ ਆ।